ਵਜੇ ਦੇ ਹਨ ਯਜ਼ੀਦੀ ਰੰਗੀਲੇ ਭੜਕੀਲੇ ਚਮਕੀਲੇ ਕੱਪੜੇ ਪਾਤੀ ਵਧੇ ਹਨ ਰੂਹੇ ਦੀ ਏ ਗਾਲੇ ਤੇਰੀ ਜਵਾਨੀ ਹੋਵੇ ਤੱਲੇ ਨੇਜ਼ੇ ਹਨ ਉੱਤੇ ਪਾਕਾਂ ਦੇ ਸਰ ਹਨ ਕਿਥਈ ਅਕਬਰ ਦਾ ਸਰ ਕਿਥਈ ਸੈਯਦ ਨਾ ਇਮਾਮ ਹੁਸੈਨ ਦਾ ਸਰ ਕਿਥਈ ਚਾਚੇ ਅੱਬਾਸ ਦਾ ਸਰ ਉਹਦੇ ਪਿੱਛੋ ਸ਼ਿਮਰ ਕਮੀਨਾ ਖਿਲਦਾ ਅਸਾਂ ਜਿੱਤ ਗਏ ਹੈ ਸਰੇ ਵਾਲੇ ਹਰ ਗਿਲ ਇਮਾਮ ਸਜਾਦ ਪਿੱਛੋ ਕੈਦੀ ਬਣੇ ਵੇਨ ਇੱਕ ਜਾ ਐਸੀ ਆਈਏ ਮੈਂ ਕਿਵੇਂ ਪੜ੍ਹਾਂ ਤੁਸਾਂ ਕਿਵੇਂ ਸੁਣਸੋ ਚਲੇ ਇਵੇਂ ਕੈਦੀ ਬਣ ਕੇ ਵੇਂਦੇ ਫਿਰ ਇੱਕ ਚੌਕ ਹੈ ਅਲਾਮਾ ਜ਼ਫਰ ਕੌਸਰ ਇੱਕ ਬੁੱਢੜੀ ਏ ਨੌ ਸਾਲ ਦਾ ਬਾਲ ਨਾਲ ਲਈ ਵਧੀਏ ਜਿਹੜਾ ਅੱਖੀ ਕੰਨੇ ਨਬੀ ਨਾ ਏ ਜ਼ਬਾਨ ਕੰਨੇ ਗੁੰਗਾ ਏ ਮਈ ਨਾਲ ਚੌਕ ਚ ਖੜੀਏ ਉਹਦੀ ਆਦਤ ਆਈ ਜਿਵੇਂ ਤੁਹਾਡੇ ਹੀ ਮੋੜ ਚ ਕਈ ਦਫ਼ਾ ਮੈਂ ਫਕੀਰ ਪਿੰਦੇ ਡਿੱਠੇ ਇਮਾਮ ਗੁਜ਼ਰੇ ਨਬੀ ਨਾ ਬਾਲਾ ਦੇ ਹਮ ਨਬੀ ਨਾ ਬਾਲ ਮਾਂ ਦੇ ਨਾਲ ਬੁੱਢੜੀ ਮਈ ਦੇ ਨਾਲ ਖੜੇ ਮਈ ਨਬੀ ਨੇ ਤਾਂ ਮੱਥਾ ਚੁੰਮੇ ਸੀ ਦਿਲ ਵਿੱਚ ਆਦੀ ਏ ਇਹ ਜਿਹੜਾ ਕੈਦੀ ਵੇਂਦਾ ਪੇ ਲੱਗਦਾ ਤਾਂ ਬਾਦਸ਼ਾਹ ਲੱਗਦਾ ਬਾਦਸ਼ਾਹ ਏ ਕੈਦੀ ਪਤਾ ਨੀ ਕਹੀਂ ਮਜਬੂਰੀ ਏ ਇਵੇਂ ਇਮਾਮ ਨਾਲ ਲੰਘਿਲ ਇਮਾਮ ਆਦਨ ਬੀਬੀ ਕੌਣ ਆਈ ਆਦੀਏ ਮੈਂ ਕਿਆ ਦੱਸਾਂ ਤੂੰ ਤਾਂ ਕੋਈ ਖਾਨਦਾਨੀ ਲੱਗਦੀ ਤੇਰੀ ਅੱਖ ਵਿੱਚ ਹਯਾ ਏ ਤੇਰੇ ਮੱਥੇ ਤੇ ਸਜਦੇ ਦੇ ਨਿਸ਼ਾਨ ਨੇ ਤੂੰ ਕੋਈ ਮੁਜਰਮ ਨਹੀਂ ਵੀ ਲੱਗਦਾ ਫਰਮਾਇਆ ਬੀਬੀ ਤੇ ਕੋ ਕਿਹੜਾ ਕੰਮ ਏ ਆਦੀਏ ਕੰਮ ਕਿਆ ਪੁੱਛਦੀ ਇਹ ਮੇਰਾ ਪੋਤਰਾ ਏ ਅੱਖੀ ਕਨੇ ਨਬੀ ਨਾ ਏ ਜ਼ਬਾਨ ਕਨੇ ਗੁੰਗਾ ਏ ਜੰਮਿਆ ਪਿਉ ਮਰ ਗਿਆ ਚੋਖਾ ਤੇ ਇਹਦੀ ਮਾਂ ਵੀ ਕੁਛ ਛੋੜ ਕੇ ਚੱਲੀ ਗਈ ਏ ਮੈਂ ਡਾਡੀਆਂ ਇੱਥੇ ਹੀ ਚੌਕ ਜਾ ਖੜਦੀਆਂ ਲੋਕ ਖੈਰਾਤ ਦੇ ਦੇਣ ਪੋਤਰੇ ਕੋ ਵੀ ਪਲੇ ਨੀਆਂ ਆਪ ਵੀ ਗੁਜ਼ਰਾਨ ਕਰੇ ਨੀਆਂ ਇਮਾਮ ਫਰਮੇ ਦਿਨ ਹੁਣ ਮੈਂ ਕਿਆ ਕਰਾਂ ਉਹ ਆਦੀ ਤੇਰੇ ਕੰਨੇ ਮੰਗਦੇ ਮੈਂ ਕੁਛ ਸ਼ਰਮ ਆਉਂਦੀ ਏ ਤੂੰ ਤਾਂ ਆਪ ਮਜਬੂਰ ਏ ਇਮਾਮ ਦੇ ਬੀਬੀ ਮਜਬੂਰ ਜ਼ਰੂਰ ਆ ਮਗਰ ਤੁਹਾਡੇ ਜੋਗਾ ਅੱਲਾਹ ਦੇ ਫਜ਼ਲ ਨਾਲ ਮੈਂ ਹਾਂ ਦੱਸ ਮੈਂ ਦੁਆ ਕਰਾਂ ਜਾਂ ਦਵਾ ਕਰਾਂ ਹੁਣ ਬੋਲੋ ਨਾ ਬੋਲੋ ਜਲੇ ਆਖੇ ਨੇ ਦੁਆ ਕਰਾਂ ਜਾਂ ਦਵਾ ਕਰਾਂ ਮਈਆ ਦੀਏ ਦੁਆ ਕਰੇ ਤੇਰੀ ਮਰਜ਼ੀ ਦਵਾ ਕਰੇ ਤੇਰੀ ਮਰਜ਼ੀ ਜਿਹੜੇ ਹੱਥ ਚਾਈ ਬੈਠਣ ਅੱਲਾ ਇਹਨੇ ਕੋ ਕਹਿੰਦਾ ਮੁਹਤਾਜ ਨਾ ਕਰ ਅੱਲਾ ਤੁਹਾਡਾ ਹਯਾਤੀ ਕਰੇ ਇਮਾਮ ਫਰਮੇ ਦੇ ਚੱਲ ਮੈਂ ਦੁਆ ਵੀ ਕਰੇ ਨਾ ਦਵਾ ਵੀ ਕਰੇ ਨਾ ਅੱਖੇ ਕਿਵੇਂ ਫਰਮਾਇਆ ਇਹ ਬਾਲ ਨੇੜੇ ਘਿੰਨਾ ਜਲੇ ਨੇੜੇ ਆਏ ਜ਼ਫਰ ਕੌਸਰ ਮੇਰੇ ਇਮਾਮ ਸੱਜਾਦ ਦੀ ਅੱਖ ਤੇ ਹੱਥ ਫੇਰੇ ਹੱਥ ਫੇਰ ਕੇ ਉਕਵਾ ਕੇ ਨੇ ਮੂੰਹ ਖੋਲ ਉਹ ਮੂੰਹ ਖੋਲੇ ਮੇਰੇ ਇਮਾਮ ਸੱਜਾਦ ਹੱਥ ਦੀ ਇੱਕ ਅੰਗਲ ਰੱਖੀ ਏ ਆਸਮਾਨ ਦਾ ਮੂੰਹ ਕਰਕੇ ਅਦਰ ਮੇਰਾ ਅੱਲਾ ਇੱਕੋ ਜ਼ਬਾਨ ਵੀ ਦੇ ਜਾ ਇੱਕੋ ਅੱਖੀ ਦਾ ਨੂਰ ਵੀ ਦੇ ਜਾ ਬਸ ਇਹੋ ਫਰਮਾਵਣ ਹਾ ਬਾਲ ਦੇਖਣ ਵੀ ਪਏ ਗਏ ਬੋਲਣ ਵੀ ਪਏ ਗਏ ਉਹ ਆਖੇ ਜਵਾਨਾ ਦੁਆ ਤਾਂ ਕੀਤੀ ਆਈ ਦਵਾ ਕੱਢਣ ਕਰੇ ਸੇ ਫਰਮਾਇਆ ਜਿਹੜਾ ਪਿੱਛੋਂ ਉੱਠ ਆਂਦਾ ਪਈ ਏ ਮੇਡਾਈ ਫਰੀਦੀ ਸੇ ਬੰਦੇ ਨਾ ਬੋਲਣ ਮੈਂ ਅਰਮਾਨ ਖਿਣ ਕੇ ਵੇਸਾਂ ਸ਼ੱਕੀ ਮਾਂ ਦੇ ਪੁੱਤਰ ਨਹੀਂ ਬੈਠੇ ਹਲਾਲਿਆ ਮਾਵਾਂ ਦੇ ਪੁੱਤਰ ਬੈਠੇ ਇਮਾਮ ਫਰਮਾਉਂਦੇ ਨੇ ਇਵੇਂ ਚੱਕਰ ਜਿਹੜਾ ਪਿਛਲਾ ਉੱਠ ਆਈ ਏ ਮੇਡਾਈ ਇਹਦੇ ਸੱਜੇ ਪੈਰ ਜਿੱਥਾਂ ਰੱਖੇ ਉੱਥੋਂ ਰੇਤ ਹਟਾ ਤੇ ਕੋਈ ਇਤਨਾ ਲੱਭ ਵੇ ਸੀ ਤੇ ਜਾਂ ਨਸਲਾਂ ਪਲ ਵੇ ਸਿਲ ਮਈ ਗਈ ਏ ਉਹਦੇ ਪੇੜ ਦੀ ਮਿੱਟੀ ਜੋ ਹਟਾਈ ਸੀ ਤੱਲੇ ਸੋਨਾ ਤੇ ਚਾਂਦੀ ਹਾ ਜਲੇ ਸੋਨਾ ਚਾਂਦੀ ਚਾਹਤੇ ਸੀ ਪੁੱਤਰ ਕੋ ਪੋਤਰੇ ਦਾ ਹੱਥ ਪਕੜ ਕੇ ਘਿਣ ਗਈ ਏ ਵਸਤੀ ਵਾਲੇ ਪੁੱਛਦੇ ਨੇ ਕੌਣ ਏ ਇਹ ਕੌਣ ਏ ਇਹ ਕੌਣ ਏ ਮਈ ਜਿਹੜੀ ਗਾਲ ਕੀਤੀ ਏ ਚਾਰ ਲੈਣਾ ਸੁਣੋ ਚਾ ਮਈ ਨਾਰਾ ਲਾ ਕੇ ਆਦੀ ਏ ਨਾਰਾ ਮਾਰ ਐਲੀ ਦਾ ਹੋ ਬਦਾਰ ਅਲੀ ਦਾ ਨਾਰਾ ਮਾਰ ਅਲੀ ਦਾ ਹੋ ਬਦਾਰ ਵਾਹ 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 ਵਾਹ
ਨਾਰੇ ਨਾ ਪੜ੍ਹੋ ਜਿਹਨੇ ਦਾ ਦਿਲ ਕਰੇ ਉਹ ਪੜ੍ਹੋ ਨਰਮਾਰ ਅਲੀ ਦਾ ਹੱਬ ਸਾਲਾ ਇਹ ਹੱਥ ਕਣੀ ਦੇ ਮੁਹਤਾਜ ਨਾ ਥੀ ਮੈਂ ਨਰਮਾਰ ਅਲੀ ਦਾ ਹੱਬ ਸਿਵਾਗੀ ਲੱਤ ਨਾ ਹਲਾ ਜ਼ਬਾਨ ਹਲਾ ਨਰਮਾਰ ਅਲੀ ਦਾ ਹੱਬ ਸੋਹਣੇ ਆਕਾ ਦੀ ਜ਼ਬਾਨੀ ਅਲੀ ਹੱਕ ਦੀ ਨਿਸ਼ਾਨੀ ਸੋਹਣੇ ਆਕਾ ਦੀ ਜ਼ਬਾਨੀ ਅਲੀ ਹੱਕ ਦੀ ਨਿਸ਼ਾਨੀ ਕਿਵੇਂ ਕਰ ਸੇ ਤੂੰ ਮੁਨਕਰ ਕਿਵੇਂ ਕਰ ਸੇ ਤੂੰ ਮੁਨਕਰ ਇਨਕਾਰ ਅਲੀ ਦਾ ਨਾਰਾ ਮਾਰ ਹੱਥ ਨਾ ਚਾਹੁੰਦੇ ਆ ਮੈਂ ਜੁਮਲਾ ਨਾ ਆਖਾਂ ਬੰਦੇ ਬੜੇ ਭੋਲੇ ਬਣੇ ਵਦਨ ਕੁਰਾਨ ਦੀ ਕਸਮ ਹੈ ਕਮਾਲ ਐਸਐਚਓ ਨਾਲ ਵੀ ਲੜਨਾ ਤੇ ਥਾਣੇ ਵਿੱਚ ਮੂੰਹ ਵੀ ਚਾ ਵਜਣਾ ਇਹ ਵੀ ਬੇਵਕੂਫੀ ਹੈ ਦਸਤੀ ਸਾਹਿਬ ਨਾਲ ਵੀ ਲੜਨਾ ਤੇ ਡੇਰੇ ਦੇ ਵਿੱਚ ਬਣ ਕੇ ਖੜਨਾ ਇਹ ਵੀ ਬੇਵਕੂਫੀ ਹੈ ਤਾਕੂ ਠੀਕ ਵੀ ਯਾਦ ਆ ਪ੍ਰਿੰਸੀਪਲ ਨਾਲ ਵੀ ਲੜਨਾ ਤੇ ਹੁੰਦੇ ਰੂਮ ਵਿੱਚ ਵੜ ਵਜਣਾ ਇਹ ਵੀ ਬੇਵਕੂਫੀ ਹੈ ਦਰਿਆ ਵੀ ਛਾਗਣਾ ਤੇ ਮਲਾਹ ਨਾਲ ਵੀ ਲੜਾਈ ਇਹ ਵੀ ਬੇਵਕੂਫੀ ਹੈ ਜੰਨਤ ਵਜਣਾ ਤੇ ਅਲੀ ਦਾ ਜ਼ਿਕਰ ਨਾ ਕਰਨਾ ਇਹ ਵੀ ਸੈੱਟ ਕਰਨਾ ਹੱਥ ਚਾ ਕੇ ਨਾਰਾ ਹੈਦਰੀ ਹਜ਼ਾਰਾਂ ਦਾ ਮਜਮਾ ਹੈ ਸਾਬਿਰ ਮੈਂ ਕਿਵੇਂ ਪੜ੍ਹਾਂ ਅਲੀ ਨਾਲ ਜੈਂਦਾ ਰਜੂ ਚੰਗਾ ਕੋਈ ਨਹੀਂ ਉਹ ਬੰਦੇ ਦਾ ਅਸਲੂ ਲਹੂ ਚੰਗਾ ਕੋਈ ਨਹੀਂ ਜ਼ਿਕਰੇ ਅਲੀ ਵਿੱਚ ਮੂੰਹ ਚਾ ਵਟਾਵੇ ਜਾਂ ਬੰਦਾ ਗਲਤ ਹੈ ਜਾਂ ਪਿਓ ਚੰਗਾ ਕੋਈ ਨਹੀਂ ਹੋਏ 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 ਜਿਹੜੇ ਸਮਝ ਗਏ ਮੈਂ ਰਾਜ਼ੀ ਹਾਂ ਮੇਰੇ ਨਬੀ ਫਰਮਾਇਆ ਹਾਂ ਖਬਰਦਾਰ ਮੇਰੇ ਗੁਲਾਮੋ ਅਲੀ ਨਾਲ ਇਵੇਂ ਪਿਆਰ ਕਰੇ ਜਿਵੇਂ ਆਪਣੇ ਪਿਓ ਨਾਲ ਕਰੇ ਦੇਵੇ ਨਾ ਹੋਵੇ ਹਦੀਸ ਮੈਂ ਮੁਜਰਮ ਫਰਮਾਇਆ ਨਾ ਜਿਵੇਂ ਸੱਕੇ ਪਿਓ ਨਾਲ ਪਿਆਰ ਕਰੇ ਦੇਵੇ ਅਲੀ ਨਾਲ ਉਹੇ ਕਰਾਏ ਮੌਲਵੀ ਨਹੀਂ ਕਰੇਂਦਾ ਤਾਂ ਮੇਰੇ ਕੋ ਪਤਾ ਲੱਗ ਗਿਆ ਚਲੇ ਆਪਣੇ ਪਿਓ ਦੀ ਸੁਜਾਨ ਕਹਿਣ ਸੀ ਅਲੀ ਦਾ ਕਿਆ ਪਤਾ ਹੋ ਸੀ ਕਿਆ ਬਾਤ ਹੈ ਬਾਲੋ ਤੁਹਾਡੀ ਹਯਾਤੀ ਹੋਵੇ ਇਤਨਾ ਸੋਹਣੇ ਨਾਰੇ ਬੈਠੇ ਲੈਂਦੇ ਵੇ ਦਿਲ ਕਹਿੰਦੇ ਤੁਹਾਡੀ ਝੋਲੀ ਵਿੱਚ ਬਹਿ ਕੇ ਪੜ੍ਹਾਂ ਆਖੋ ਸੁਭਾਨ ਅੱਲਾ ਬੱਚੀ ਨਾਰਾ ਮਾਰ ਸਾਰੇ ਪੜ੍ਹਦੇ ਹਨ ਕਹਿ ਨਾ ਵੱਲ ਮੈਂ ਕਿਵੇਂ ਪੜ੍ਹਾਂ ਨਾਰਾ ਮਾਰ ਅਲੀ ਦਾ ਨਾਰਾ ਉਹ ਆਖੀ ਚੰਗਾ ਗੜੇ ਵਾਤ ਆਇਆ ਫੇਲ ਹੀ ਛੱਡੇਂਦਾ ਪਿਆ ਪੜ੍ਹਵੇਂਦਾ ਹੀ ਮੇਰੇ ਕਣੇ ਪੇ ਨਾਰਾ ਮਾਰ ਅਲੀ ਦਾ ਅਲੀ ਹੱਕ ਦੀ ਨਿਸ਼ਾਨੀ ਸੋਹਣੇ ਆਕਾ ਦੀ ਜ਼ਬਾਨੀ ਅਲੀ ਹੱਕ ਦੀ ਨਿਸ਼ਾਨੀ ਕਿਵੇਂ ਕਰ ਸੇ ਤੂੰ ਮੁਨਕਰ ਕਿਵੇਂ ਕਰ ਸੇ ਤੂੰ ਮੁਨਕਰ ਇਨਕਾਰ ਅਲੀ ਦਾ ਨਾਰਾ ਮਾਰ ਅਲੀ ਦਾ ਹੱਬਕਾਰ ਅਲੀ ਦਾ ਨਾਰਾ ਮਾਜੀ ਓ ਮੇਰੇ ਪੁੱਤਰੋ ਉਹ ਤੁਹਾਡਾ ਮਾਮਾ ਜੀਵੇਂ ਨਾਰਾ ਮਾਰ ਅਲੀ ਦਾ ਸ਼ਾਬਾਸ਼ ਹੱਥ ਪਿਛਲੇ ਥੋੜੇ ਖੱਟ ਚ ਦੇਵੇ ਮੇਰੀ ਦੀਦ ਇਤਨਾ ਕਮਜ਼ੋਰ ਕਹਿਣੀ ਮੈਂ ਕੋਈ ਛਪਰਿਆਂ ਵਾਲੇ ਹੱਥ ਪਤਾ ਲੈ ਨਹੀਂ ਆਇਆ ਬੈਠਾ ਹਜ਼ੂਰ ਦੇ ਨੌਕਰੇ ਵਿੱਚ ਬੈਠਾ ਹੱਥ ਚਾ ਕੇ ਨਾਰਾ ਹੈਦਰੀ ਨਾਰਾ ਹੈਦਰੀ ਨਾਰਾ ਹੈਦਰੀ ਨਾਰਾ ਮਾਰ ਅਲੀ ਦਾ ਹੱਬ ਕੁਰਾਨ ਦਾ ਨਜ਼ਾਰਾ ਪੜ ਤੂੰ 26 ਪਾਰਾ ਸੁਭਾਨ ਅੱਲਾਹ
ला कर कुरान दा नजारा पढ़ तू छब्बीस पारा मुहम्मद والذين معه أشداء على الكفار رحماء بينهم کر قرآن دا نظارا پڑھ تو چھویس پارا کر قرآن دا نظارا پڑھ تو چھویس پارا صدیق عمر عثمان صدیق عمر عثمان اے یار علی دا سبحان اللہ میں ٹھیک بیٹا پڑھ دوں اے نہ سمجھا بھئی ایسا صرف علی کو منے نے ہیں پچھلے ترائے کو نہیں سے منے دے ایسا کوئی گال ہی ماں دے پوتر نہیں سے ایسا کملے نہیں سے بھئی ساڑے کو روٹی رکھو تو چھپی کھاوے نے ہیں ایسا روٹی کھانے ہیں ایسا سننی الحمدللہ بالکل ٹھیک ہے بالکل ایسا نہ کہیں مولوی دے آکھے دے ہیں نہ کہیں ذاکر دے آکھے دے ہیں ایسا آمنا دے لال دے فرمان دے ہیں جی ظفر کہو سر ہوں زمانے دا میں کو جان دے جران میں ایندے کنے تھوڑا جیا وڈا آمی ہوں زمانے دا میں کو جان دے اے عمر چنگا بلائی بھی میں تو کو چھوٹا نظر دے وے آتا کو میں سیدھا بھی سیدھی گال بھی اڈے سینا میں آدھا کیا پیاں اے میڈے نال بھی پیار کریں دے جتا میں دھیری نیتی بیٹھا اے انہیں نال بھی پیار کریں دے جی میں تو کو ٹھیک بیٹھا تھا سرکار میڈے دمادہ نال بھی پیار کریں دے کیوں میڈے دھیری دی وجہ نال تو دھیری نال پیار کر دے میڈی وجہ نال جتھو میں دھیری کھیتی بیٹھا نا انہیں نال بھی پیار کریں دے تو تسا کو جعفر نال پیار کر مر رہے دوں دے صاحب رہے آلے پاتھے چکیا میں نہیں جماعت رہے آلے پاتھے بینے پیار دے چرام نال باؤ سا کو جعفر پیار آئے نا سا کو دے او بھی پیارن جڑے دمادن او بھی پیارن جڑے سسرالن ایندا مطلب ہے حضور دے چار ہی تیارن بھامے نسوار کھانے دے بھامے بیڑا کھانے بندے دا پوتر بن کبھر جو نبی دے سامنے بڑھنے حضور دے چاری تا یارن دوکو میڈا نبی دھیری نتی بیٹھے دوکنے گھتی بیٹھے دوکنے نا لڑتا مدی نسا دا سائی نا نارے تکبیر نارے رسالہ نارے خلافہ نارے حیدری میں زیادہ دور نہیں میں دے توڑا مثالی سکول ہے نا ہے نا بولین دے نہیں بے یا مثالی زکریہ بھی ہے نا ایک دے جمیل سہی ہیں انہیں بے بیٹ ساڑے بھیرا سلیم رضا صاحب انہیں اے وی سکول ہیں کیڈٹ کالج بھی ہیں پاکستان ہے ہن کے کہنا کیڈٹ کالج ویچ کاکا سہی جتنا بھی لڑکے پڑھ دے نا سارے کامیاب ہونے نا سوسو میں کو ڈک لگ سی کیڈٹ کالج ویچ اگر 50,000 لڑکا بھی پڑھ دے نا سار سارے کامیاب ہیں فیل کوئی نہیں تھی لیکن انہ دے وال ٹیسٹ تھی نا ہنے وچو والا انہیں دے گریڈ بننے نبی تو اول ہی تو بی ہیں یا سی ہیں ایک کیڈٹ کالج جڑے پڑھیں اے سارے کامیاب ہیں جڑے میڈے نبی کنے پڑھیں وہ کامیاب کہے نہیں میں مندے کڑھا کہیں کوں میں کہیں کو بدتی مشرے کا کہا میڈا گریبان پکڑو میں قریشی حاشمیاں سا کو پتہ ہے تین ساڑے گھر تک کتھاں پہنچے اے پیر دے ذاکر دی وجہ نال نہیں پہنچا اے ہمشیر دی وجہ نال پہنچے یا سید شبیر دی وجہ نال پہنچے اے کیڈٹ کالج 50,000 لڑکا کامیاب ہے جنہیں کوئی پروفیسر ٹکے ٹکے دے پڑھا میں تو جنہیں کوئی آمنہ دلال پڑھاوے او بھی رضی اللہ تعالیٰ نو ہن بھائی تواڑی کیا بات ہے تواڑی کیا بات ہے میں راضیاں تو اڑے ہوتے اس سارے کامیاب ہیں سارے صحابہ واللہ نے اللہ نے انہ سارے وچو کہیں کو بیت رضوان دا میڈل پوائے تو سا تھک گئے ہوئے تو میں تھک گیا بیت رضوان آلے ان او 1400-1500 بیت رضوان آلے او بھی سبحان اللہ وال اللہ نے 313 بدری صحابی چونین او بھی سبحان اللہ وال 313 وچو علامہ ظفر کوثر ڈاہن عشرہ مبشرہ آلے او بھی سبحان اللہ وال انہیں ڈاہ وچو چارن جنہیں کو نبی خلافت بخشی ہے اسا صدیق دی صداقت ہی مننی ہے اسا عمر دی عدالت ہی مننی ہے عثمان دا حیا بھی مننی ہے علی دی ولایت بھی مننی ہے مدن کئی مولوی دی خودی وچ خالص ہوئے مولوی علی علی کریں دا بینے دا مخالفہ تو جلسہ کرا جے دا آکسے میں ہوں دا ذکر کر ویسا اسا گاؤں سے جلی دے بھی نوکر ہیں مہرے علی دے بھی نوکر ہیں اے مہرے علی دے بھی نوکر ہیں پنجہ تے بارہ دے بھی ن
اشارہ دے بھی نوکر ہیں تیڑے مولی سے تیڑے ماسر کو میں اگر منے نا نا تو میں خال المومنین کو بھی منے نا الحمدللہ عقیدہ دو منٹ بیان کر گھندے ہیں تو کب ہمیں چنگا لگے نہ لگے سا کو ضرورت ہے دی میں وہ سنی ہوں جمیل قادری مرنے کے بعد میرا لاشا بھی کہے گا میرا لاشا بھی کہے گا السلام و سلام ایک گھنٹہ میں کو تھی گے کہ سات منٹ جڑی بجلی کیا نہیں او کٹ کے اگر وہ سات منٹ میں کو دے دو تو میں کہیں کنارے تے گال پوچھا راضی بیٹھے ہوئے کالے موبائل والے بائے ونو میرا بچہ اللہ تو سلامت رکھے بائے ونو میرا بچہ تو ہی بائے ونی اتنا سننا موبائل کہنی تیرا کار گنتی ریکارڈنگ جی میں نوکر تو اچھا میرا سجاد یزید دی قید بھگتا کے اللہ یزید دی قید بھگتا کے بچہ کچا کافلا نال لا کے مدینے دو ویندا پے اللہ شالا وستے رہو تردا ویندے قرآن پڑھدا ویندے جوانا تو ڈاڈا سونا سن دیں بختے آلائی تردے وینن قرآن پڑھدے وینن مدینے تو تقریباً 150 میل دور ایک بندہ مدینے تو ویندا پیا ہا میرے امام تا کو سنان گے مگر او نہ سنا جا او آپ کو سنان گے او ویندا پے امام کو روک کے آدن وے کتھا ویندا پائی اوہاں کے سہی میں مدینے ویندا پیا فرمایا اچھا مدینے تو ویندا پائی کیڑی تاریخ ہے اوہاں کے سہی اڈ 16 رمضان ہے فرمایا گھر کتھا ہے اوہاں کے سہی تو 20 میل دور گھر ہے فرمایا 16 رمضان کو ویندا پئی پڑسیں کڈن آسیں کڈن عید تا گھر منی دی ہے او میرے امام کو دیکھ کے کہ یار گال ہے کہ میں عید جڑا ہے اپنے مرشد نال کرے نا اللہ تو سا سمجھ گئے میں اپنے پیر نال کرے نا فرمایا تیرا پیر کتھا راندے ہوا کہ مدینے ہن امام عبد المالک کو سناتی کھڑا مہربانی بیٹا امام سناتی کھڑن او نہیں سننے دا پیا فرمایا اچھا تیرے پیر جڑا ہے انہاں نا کیا ہے وہاں کہ سیں میرے پیر دا نا کیا پوچھ دے وے بادشاہ وا علی سائیں دا پوترا ہے حسین دا پوتر ہے انہی پاک دا وارث ہے انہاں نا سجاد ہے فرمایا اچھا ولا تو ہن دے کنے پہنچ وینے وہاں کہ دی میں 20ویں روزے کو پہنچ وینا بل 10 روزے امام سجاد نال رکھے نا ول عید اندے نال پڑھدا ول لج پال میرے کو دعاواں دے کے ٹر لیندے فرمایا کتنا سال تھی کہ نہیں ہوا کہ سی 8 عیداں تاں انہیں نال کیچے میں تے نام ہی عید کرن ویندا پیاں فرمایا تو جو بال گھر وطن چھوڑ وے نہیں تیرے پیریں تے کو کچھ دتا ہے تیرے پیریں تے کو کچھ دتا ہے اندے اکھیں وچوں نیر ہے نو کہ تے میرے پیریں کو جاندا جو نہیں وی میں کچھ نہیں منگیا انہاں دتا اتنا ہے کہ میرے نسلاں تر گئے فرمایا تیرے پیریں تے کو کیا دتے وہاں کے بادشاہ وا 9 سال پہلے میری ایک بکری ہے دو بھیڑا ہن قسمت نال انہاں نال بن کے عید منائی میں انہاں دعا چ کیتی ہن میرے ہزاراں بکریاں ہزاراں بھیڑا رقبہ بے شمار خوہن میرے اے دعائے مرشد دی فرمایا اچھا تے کو بھیڑا بکریاں کھو دتے نے ملک زمین مل گئی بیا کیا دتے نے وہاں کے کیا پوچھ دیں ہیک دو نسخے جان دا ہمیں جتن دا امام سجاد سینے نال لائے بادشاہ وا ہن مٹی کو جو ہاتھ لاواں اللہ او کو شفا دے 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 شاباش 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 بہت سونا بیٹے سن دے وے میں قربان تھی ونجا آپ نے فرمایا جی جی چندے دیے سانی چندا چندا میرے کرے نہیں دیندا جڑا کم میرے کرے تھی تے میں او کرندا بیٹھا سبحان اللہ تو سڈیٹے وچ طبیعت ٹوٹ گئی ہے ایک پرچی دے آون نال طبیعت ٹوٹ گئی ہے چلو تروڑو نا میری طبیعت ہن حسینی بنو حسینی مجمع حسینی تے تیرا چندا بالکل کائیں نہیں واہ جملہ واہ جملہ کیا بات پانچ نارے پائتنی تے والا کنارا ہاں پڑھا پڑھاتا جا کوئی بے شہ نہ ہوگئے اچھا اچھا
توجہ ہے چنگا کیتے میں پڑھ کے دے توجہ ہے گال کی تھا یا چاہے تو میں پڑھ کے دیے تائیں میری گال پڑھی چپ کر چپ چپ ہاں سائیں گال کی تھا نا نا گال تو بھائی جاتے آئی شاباش بھائی کیا بات ہے مٹی کو ہاتھ لینے شفا تھی دعا چکی حکیم بن گیا ہوں فرمایا پی آئی کچھ دیتے نے ہوں میل آئے مجمع تو نہیں ہوں میں کتوں کتوں کور کرا یہ تو ہوں چیتا حسین پاس ڈسے سے نسا ہے حسین میرے ڈرائیور ہیں قرآن کی قسم میں جتنا ڈرائیور ہیں گڈی تو لانے اپنے یار نال یار بن دے میں تو کو کیا پتا انہیں کہ ڈرائیور کو پتا ہوں دے ڈرائیور ہے میں کوئی ہونے پتا لگ وے دی حسین کیڑا ہے ہونے 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 پتا لگ وے دی ہونے پتا لگ وے دی آپ نے فرمایا تے کو زمینا تا مل گئے ہیں تے کو زمینا تا مل گئے ہیں تیری مٹی کو ہتلا میں شفا مل گئے ہیں تے کو پی رہے ہیں پی آئی کو جڑیتے گھبرا نہ جنت جی تو میرے نال ہو سی دستی کی میں بولا جلے آخ نا میرے نال ہو سیں فرمایا اچھا ہن تیرے سامنے تیرا پیر آ ونجے سنان کن سے سنان کن سے او آکھے یار کمال کرے نہیں اٹھ ایداؤں دے نال پڑھے مہینہ میں پڑھن ویندا پیاں ڈاڈا ڈیمارا رانا میں سنان نہ سکساں فرمایا ول ذرا نیڑے تھی او نیڑے تھے جلے نیڑے تھے فرمایا میں کو سنانے ہی میں کہو نا ہاں کسی کوئی نا فرمایا میں تیرا پیر سجاد ہاں کہ سرکار میں کی میں منا ہوں دی داڑھی کالی تواڑی داڑھی چٹی او 23 سال دا گبرو تساں کوئی 70 سال دے بڈھڑے پہ لگ دے وے کمر تواڑی جھکی ہوئی ہے فرمایا دا محرم تک داڑھی کالی ہے مگر جلے اکبر کو برچھی لگی ہے میری داڑھی چٹی تھی گئی ہے اللہ تیرے ہنجو قبول کرے بچے جیون تیرے ہر آکھنی وستی جڑے نیر بیٹھے وہیں دے تم ماں جیندی ہوئے تو ماں دے پیر چمکینا ہے اور جڑے نیر بیٹھے وہیں دے ماں مر گئی وے تو تب حکم پیا دینا کل قبر تے چلے بنائے بہاری نہ چاہتی بنائے اپنی پگ نال ماں دی قبر دی مٹی صاف کر کے قبر چم کے آکھیاں ماں تے میں کو حلال دا جائے میں لکھاں دے گھاٹے وچ نہیں روندا میں کو سجاد دی غربت روا چھوڑے تیرے بچے دی وجہ سے میرا امام سجاد فرمے دے میرے نیڑے تھی یا نیڑے تھے فرمایا بتا میں کو سناتے وہاں کسی کوئی نہ فرمایا میں سجاد ہوں وہاں کسی میں کی میں منا ہوں والے داڑی کالی ہے ہوں ساری چٹی ہے سر چٹے ہے ہوں والے گبرو آوے ہوں بڈھڑے کمر جھک گئی ہے فرمایا داڑی چٹی تھئی ہے اکبر کو تیر لگے نہ جرا تے بابے سینے وچوں تیر چھکے میری داڑی چٹی تھی گئی ہے دیکھو کیا پتا اکبر دی شکل نبی نال ملدی ہے ہوں عبد المالک میرا حق بن دے میں نے کو چیک نہ کرا میں اپنی نوکری کرا میں اپنا کم کرا جڑا کم کرنا ہے بیٹا امام سجاد فرمیندن یا گال ہے وہ کمر جو جھک گئی ہے فرمایا جڑے ویلے اصغر کو لگے نہ تیر اصغر دا قد اصغر دا وزن تھوڑا ہا تیر دا وزن زیادہ ہا جلے تیر لگے نہ اصغر دے گل وچ بابے چھکے میری کمر دا دور مکیا گئے نالے کربلا تو لا کے یزید دربار تک میں وزنی زنجیر پاتن میری کمر چھو ایکو بند کر دے وگر نہیں ایکو تو بند کر دے وہاں کہ اچھا سہی اے گال اللہ کرے آج نہیں لہمن کرنے پہلے تیرے میرے گناہ اللہ پاک اندے صدقے ختم کر دے لے جڑے روندے بیٹھے ہوئے نیر وہندے بیٹھے ہوئے جنہاں دا دل روندے تواڈے واسطے دعا کرے نا بھائی دعا کہنی رات تھی وے بستر تے ستے ہوں تے حسین دیدار کرا وے بس ٹھیک نے بڑی دعا تے ٹھیک لا
ਲਜਪਾਲ ਜਥੀਆ ਸੀ ਲਜਪਾਲ ਜਥੀਆ ਉਹ ਆਖੇ ਸਾਈਂ ਤੁਸਾਂ ਦੇਵੇ ਮੈਂ ਸੱਜਾਦਾ ਮੈਨੂੰ ਨਿਸ਼ਾਨੀ ਦਿਓ ਜਲੇ ਨਿਸ਼ਾਨੀ ਦਾ ਨਾਂ ਹੈ ਇਮਾਮ ਆਦਨ ਤੇਰਾ ਨਾਂ ਇਬਰਾਹੀਮ ਉਹ ਆਖੇ ਬੇਸ਼ੱਕ ਫਰਮਾਇਆ ਪਿਛਲੀ ਈਦ ਕੁਤੇ ਕੋ ਮੈਂ ਈ ਰੰਗ ਦਾ ਜੋੜਾ ਪਵਾਇਆ ਉਹ ਆਖੇ ਇਹ ਠੀਕ ਹੈ ਸਾਈਂ ਵੱਲ ਫਰਮਾਇਆ ਖਾਣਾ ਖਵਾਇਆ ਹਮੀ ਫਲਾਣੀ ਸ਼ਾਇ ਉਹ ਕਿ ਠੀਕ ਏ ਪਤਾ ਲੱਗੇ ਸੀ ਮੇਰਾ ਇਮਾਮ ਏ ਗੁਲ ਫੁੱਲ ਸ਼ਹੀਦ ਰਹਿਮਤੁੱਲਾ ਅਲੈਹ ਦੇ ਉਰਸ ਤੇ ਆਵਣ ਵਾਲੇ ਓ ਕਦਮੇ ਵਿੱਚ ਡਟਿਆ ਦੇ ਸਰਦਾਰ ਮੂੰਝਾ ਨਥੀ ਤੈਂ ਜੋ ਮੈਕੂ ਹਕੀਮ ਬਣਾਏ ਮੈਂ ਤੇਰਾ ਇਲਾਜ ਕਰੇ ਸਾਂ ਤੇਰੀ ਜਵਾਨੀ ਵੱਲ ਆਵੇ ਸੀ ਤੇ ਕੁ ਦਵਾਈਆਂ ਦਿਸਾਂ ਤੇਰੀ ਕਮਰ ਠੀਕ ਥੀ ਵੇ ਸੀ ਇਮਾਮ ਦਾ ਮੱਥਾ ਚੁੰਮੇ ਇਮਾਮ ਫਰਮੇ ਦਿਨ ਬਿਮਾਰ ਕਦਹੀ ਨਹੀਂ ਰਾਤ ਰੋਂਦੇ ਭਾਵੇਂ ਹੋਵੇ ਨਰਾਮ ਮਿਦਾਜੇ ਹੌਸਲਾ ਮੇਰਾ ਬੇਟਾ ਤੇਰੀ ਮਾਂ ਜਿੰਦੀ ਹੋਵੇ ਤਾਂ ਮਾਂ ਦੇ ਪੇਰ ਚੁੰਮ ਗਿਨੀ ਬਿਮਾਰ ਕਦਹੀ ਨਹੀਂ ਰਾਤ ਰੋਂਦੇ ਭਾਵੇਂ ਹੋਵੇਂ ਨਰਾਮ ਮਿਦਾਜੇ ਤੂੰ ਜਾਣਦਾ ਹੈਂ ਇਹ ਦੁਨੀਆ ਤੇ ਹਰ ਮਰਜ਼ ਦਾ ਯਾਰ ਇਲਾਜ ਮੇਰੇ ਜਿਗਰ ਦੇ ਦਾਗ ਹਨ ਗੈਰਤ ਦੇ ਤੇਰੇ ਨੁਸਖੀਆਂ ਦੇ ਨਹੀਂ ਮੁਹਤਾਜ ਹੌਸਲਾ ਹੌਸਲਾ ਮੈਂ ਸਦਕੇ ਥੀ ਵਣਾ ਜੀ ਮੈਂ ਪੜਦਾ ਪਿਆ ਬਿਮਾਰ ਕਦਹੀ ਨਹੀਂ ਰਤ ਰੋਂਦੇ ਭਾਵੇਂ ਹੋਵੇਂ ਨਰਾਮ ਮਿਦਾਜੇ ਤੂੰ ਜਾਣਦਾ ਹੈਂ ਇਹ ਦੁਨੀਆ ਤੇ ਹਰ ਮਰਜ਼ ਦਾ ਯਾਰ ਇਲਾਜ ਮੇਰੇ ਜਿਗਰ ਤੇ ਦਾਗ ਹਨ ਗੈਰਤ ਦੇ ਨਹੀਂ ਨੁਸਖੀਆਂ ਦੇ ਮੁਹਤਾਜ ਮੈਂ ਮੁਹਰਮ ਦੀ ਦੀਗਰ ਕੋ ਡਿੱਠੇ ਜ਼ੁਲਮ ਦੇ ਮਹੂਨ ਰਾਜ ਰੋਵਣ ਲਾ ਤੇਰੇ ਮੱਥੇ ਗੁਸਲਾਮ ਫਰਮੇ ਦਿਨ ਤੇਰੇ ਦਵਾਏ ਵਿੱਚ ਮੇਰਾ ਇਲਾਜ ਕੋਈ ਨਹੀਂ ਇਲਾਜ ਕੋਈ ਨਹੀਂ ਜਿਹੜੇ ਹਾਲ ਵਿੱਚ ਮੈਂ ਹਾਂ ਮੈਂ ਰਾਜ਼ੀ ਹਾਂ ਜਿਵੇਂ ਅੱਲਾ ਰਾਜ਼ੀ ਅਲੀ ਦਾ ਪੋਤਰਾ ਰਾਜ਼ੀ ਜ਼ਫਰ ਕੌਸਰ ਫਿਰਾ ਉਹ ਕਦਮੇ ਵਿੱਚ ਢੱਟੇ ਕਦਮੇ ਵਿੱਚ ਢਹਿ ਕੇ ਆਦੇ ਸਈਆਂ ਮੇਰੀ ਪਿੱਛਾ ਦੀਦ ਪਈ ਹੈ ਤੁਹਾਡੇ ਨਾਲ ਕੋਈ ਪਰਦੇਦਾਰ ਮਜ਼ਦੂਰਾਂ ਖੜੀਆਂ ਹਨ ਇਹ ਕੌਣ ਹਨ ਜਲੇ ਆਖੇ ਕੌਣ ਹਨ ਹੁਣ ਮੈਂ ਦੋ ਦਿਖਾਏ ਜਿਹੜੇ ਰੋਂਦੇ ਬੈਠੇ ਵੇ ਫਰਮਾਇਆ ਕਿਆ ਦਾਏ ਅੱਗੇ ਤਾਂ ਇਹ ਪਿੱਛੋਂ ਪਰਦੇਦਾਰ ਮਜ਼ਦੂਰਾਂ ਕੌਣ ਹਨ ਇਮਾਮ ਰੋ ਕੇ ਫਰਮਾਉਂਦੇ ਨੇ ਇੱਕ ਰੁਕਈਆ ਭੇੜ ਹੈ ਗਾਜ਼ੀ ਦੀ ਅੱਲਾ 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 ਤੁਹਾਡਾ ਹਯਾਤੀਆਂ ਕਰੇ ਇੱਕ ਰੁਕਈਆ ਭੇੜ ਹੈ ਗਾਜ਼ੀ ਦੀ ਡੂਹਨ ਖਾਤੂਨ ਜਾ ਧੀਆਂ ਬਨੂ ਹਾਸ਼ਿਮ ਦੀ ਉਹ ਸੰਗਤ ਦੇ ਵਿੱਚ ਕੁੱਲ 15 ਬੀਬੀਆਂ ਰਹੀਆਂ ਇਹ ਕਰਬਲ ਦੇ ਵਿੱਚ ਜਮਾਨੇ ਕੋ ਓਏ ਕੁਸਦੀਆਂ ਦੇ ਦੀਆਂ ਰਹੀਆਂ ਚੱਡਾ ਖੰਜਰ ਚਲਾ ਮੇਰੇ ਬਾਬੇ ਤੇ ਇਹ ਜੀਂਦੀਆਂ ਹਨ ਮਰ ਗਈਆਂ ਮੇਰੇ ਨਾਲ ਮੇਰੀਆਂ ਫੁੱਫੀਆਂ ਇੰਨੀ ਮੇਰਾ ਮਾਵਾਂ ਇੰਨੀ ਮੇਰਾ ਚਾਚਾ ਇੰਨੀ ਹਾਂ ਇਬਰਾਹੀਮ ਤੂੰ ਹੱਟ ਵੰਨ ਸਾ ਨਾਨੇ ਦਾ ਦੀਨ ਬਚਾਈਵੇ ਨੇ ਹੈ ਤੇ ਰੱਬ ਦਾ ਕੁਰਾਨ ਬਚਾਈਵੇ ਨੇ ਹੈ ਅੱਲਾ ਤੁਹਾਕੂ ਰੰਗ ਲਾਵੇ ਜਿਹੜੇ ਆਏ ਬੈਠੇ ਵੇ ਅੱਲਾ ਦੇ ਪਿਆਰੇ ਬਣੋ ਭਾਵੇਂ ਬਹੁ ਕੋ ਜੀਵੇ ਸਿਰ ਝੁਕਾ ਕੇ ਟੁਰੋ ਗੰਦੇ ਲੋਕੇ ਨਾਲ ਯਾਰੀਆਂ ਨਾ ਰੱਖੋ ਬੀਆ ਕੰਮ ਕਰੋ ਰਕੂ ਤੇ ਸਜਦਾ ਟਾਈਮ ਤੇ ਕਰੋ ਮੁਅੱਜ਼ਨ ਅਦਾਨ ਦੇਵੇ ਸਮਝਾ ਕਰੋ ਅੱਲਾ ਦਾ ਸੱਦਾ ਆਗੇ ਵੇਂਦੇ ਪਏ ਹੈ ਡਾਢੇ ਦਾ ਸੱਦਾ ਆਗੇ ਹੀਣੇ ਭਜਦੇ ਵੇਨਨ ਵਣ ਕੇ ਮੱਥਾ ਜ਼ਮੀਨ ਤੇ ਚ ਰੱਖੋ ਜਿਲੇ ਸਰ ਝੁਕੇ ਸੋ ਅੱਲਾ ਦੀ ਰਹਿਮਤ ਤੁਹਾਡੇ ਮੇਰੇ ਉੱਤੇ ਝੁਕਵੇ ਸੀ ਅੱਲਾ ਪਾ ਕੇ ਨਾ ਹੰਝੂਆਂ ਦੇ ਸਦਕੇ ਤੁਹਾਡੀ ਮੇਰੀ ਨੌਕਰੀ ਕਬੂਲ ਫਰਮਾਵੇ ਤੁਹਾਡਾ ਮੇਰਾ ਬਹਾਨਾ ਕਬੂਲ ਕਰੇ ਮਗਰ ਚੱਲਾ ਕਹਿਣਾ ਖਤਮ ਪੜਦਾ ਬੈਠੇ ਰਹੋ ਲੰਗਰ ਭਾਈ
بارگاہ پیش دینا پہ دعا مانگتے ہیں ختم مختصر میں پڑھتے ہیں.